ਸੋਸ਼ਲ ਮੀਡੀਆ ਤੇ ਪੰਜਾਬੀ ਗਾਇਕਾਂ ਦੀਆਂ ਵੀਡੀਓ ਵਾਇਰਲ ਹੋਣ ਦਾ ਬਾਜ਼ਾਰ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਐਲੀ ਮਾਂਗਟ ਅਤੇ ਰੰਮੀ ਰੰਧਾਵਾ ਤੋਂ ਬਾਅਦ ਹੁਣ ਸੂਫੀ ਗਾਇਕ ਗੁਲਾਮ ਜੁਗਨੀ ਦਾ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਗੁਲਾਮ ਜੁਗਨੀ ਨੂੰ ਕੁਝ ਨੌਜਵਾਨਾਂ ਨੇ ਘੇਰਾ ਪਾਇਆ ਹੋਇਆ ਅਤੇ ਉਹ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਕਰਦੇ ਦਿਖਾਈ ਦੇ ਰਹੇ ਨੇ। ਇਸ ਦੌਰਾਨ ਇਹ ਨੌਜਵਾਨ ਗਾਇਕ ਨਾਲ ਗਾਲੀ ਗਲੋਚ ਵੀ ਕਰ ਰਹੇ ਨੇ। ਉਧਰ ਦੂਜੇ ਪਾਸੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੂਫੀ ਗਾਇਕ ਗੁਲਾਮ ਜੁਗਨੀ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਇਸ ਮਾਮਲੇ ਦੀ ਪੂਰੀ ਸੱਚਾਈ ਦੱਸੀ ਹੈ। ਉਹਨਾਂ ਕਿਹਾ ਕਿ ਇਹ ਮਾਮਲਾ 1 ਸਾਲ ਪੁਰਾਣਾ ਹੈ। ਉਹਨਾਂ ਦੀ ਕਿਸੇ ਮਿਊਜ਼ਿਕ ਕੰਪਨੀ ਦੇ ਨੁਮਾਇੰਦਿਆਂ ਨਾਲ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਬਾਰੇ ਸਮਝੌਤਾ ਉਹ ਕਰ ਚੁੱਕੇ ਨੇ। ਚੱਲ ਬਾਬਿਓ, ਕੀ ਹਾਲ ਨੇ? ਠੀਕ ਠਾਕ ਹੋ? ਸੋ ਤੁਹਾਨੂੰ ਪਤਾ ਹੀ ਆ ਵੀ ਮੈਂ ਘੱਟ ਹੀ ਲਾਈਵ ਲੂਈਵ ਹੁੰਦਾ ਹੁੰਦਾ, ਮੈਨੂੰ ਇਹਨਾਂ ਗੱਲਾਂ ਤੱਕ ਥੋੜ੍ਹਾ ਜਿਹਾ ਕਿਰਪਾ ਹੈ ਮਾਲਕ ਦੀ। ਸੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਸੋ ਮੰਮਾ, ਫਾਦਰ ਸਾਹਿਬ, ਭਰਾ, ਹੋਰ 2-3 ਮੁੰਡੇ ਐਕਸੀਡੈਂਟ 'ਚ ਚਲੇ ਗਏ। ਮੇਰਾ ਦਿਮਾਗ ਕੁਛ ਡਿਪਰੈਸ਼ਨ 'ਚ ਰਹਿੰਦਾ ਸੀ। ਚਲੋ ਲੈਣ ਦੇਣ ਚੱਲਦਾ ਕਿਦਾਂ ਨਹੀਂ। ਸੋ ਸਾਡਾ ਹੁਣ ਉਹਨਾਂ ਨਾਲ ਓਪਲ ਮਿਊਜ਼ਿਕ ਨਾਲ ਨਿਬੜੇ ਹੋਏ 1 ਸਾਲ ਹੋਣ ਵਾਲਾ ਜੀ, ਅਤੇ ਇਹ ਵੀਡੀਓ ਵੀ ਬਹੁਤ ਪੁਰਾਣੀ ਹੈ। ਸੋ ਜਿੰਨੇ ਵੀ ਮੈਨੂੰ ਦੇਖ ਰਹੇ ਆ, ਜਿੰਨੇ ਵੀ ਸੁਣ ਰਹੇ ਨੇ, ਜੋ ਕਿਸੇ ਦਾ 1 ਚਲੇ ਜਾਂਦਾ ਨਾ ਬਾਬਾ ਜੀ, ਫਿਰ ਹੱਥ ਜੋੜੀ ਜਾਂਦੇ ਨੇ। ਸੋ ਜਿਨ੍ਹਾਂ ਦੇ ਗਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ। ਇੱਕ ਬਾਈ ਗਾਮੇ ਦੀ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਵੀ ਕਰੇ ਕਰਾਵੇ ਆਪੇ ਆਪ। ਸੋ ਬਾਣੀ 'ਚ ਵੀ ਆ, ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੇ ਕਿਚਨੀ ਹੱਥ। ਤੋ ਸਰਕਾਰ ਗੱਲ ਆਏ ਆ, ਆਪਾਂ ਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਸੋ ਪਾਉਣ ਵਾਲੇ ਵੀ ਜਿਉਂਦੇ ਰਹਿਣ। ਸੋ ਆਪਣਾ ਨਿਬੜਿਆ ਹੋਇਆ, ਆਪਣੇ ਕੋਲ ਕਾਗਜ਼ੀ ਪੱਤਰੀ ਸਾਰਾ ਹੈ ਨਾ, ਵਧੀਆ ਹੋਇਆ ਹੋਇਆ, ਅਤੇ ਇਹ ਪਾਉਣ ਵਾਲਿਆਂ ਦੀ ਵੀ ਮਰਜ਼ੀ ਹੈ। ਅਤੇ ਬਾਕੀ ਜਿੰਨੇ ਸੁਣਦੇ ਹੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ, ਮਾਲਕ ਦੀ ਕਿਰਪਾ ਜੀ। ਸੋ ਆਪਣਾ ਉਹਨਾਂ ਨਾਲ ਵਧੀਆ ਨਿਬੜਿਆ ਹੋਇਆ। ਸੋ ਉਹਨਾਂ ਦਾ ਵੀ ਮੈਨੂੰ ਓਪਲ ਮਿਊਜ਼ਿਕ ਦਾ ਵੀ ਕਾਫੀ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਸੋ ਇਹੋ ਜਿਹੀਆਂ ਗੱਲਾਂ 'ਚ ਟਾਈਮ ਵੇਸਟ ਕਰਨ ਵਾਲਾ ਕੰਮ ਹੁੰਦਾ ਬਾਬਾ ਜੀ, ਕਿਰਪਾ ਬਹੁਤ। ਸੋ ਤੁਸੀਂ ਵੀ ਸਾਰੇ ਜਿਉਂਦੇ ਵੱਸਦੇ ਰਹੋ। ਰਹੀ ਹੱਥ ਜੋੜਨ ਦੀ ਗੱਲ, ਤੁਹਾਨੂੰ ਪਤਾ ਮੇਰਾ ਤਾਂ ਸਟੇਜ ਤੋਂ ਉਤਰਦੇ ਵੀ ਐਂ ਹੁੰਦੇ ਆ, ਊਂ ਵੀ ਐਂ ਹੁੰਦੇ ਆ। ਸੋ ਮਾਲਕ ਨੀਵੇਂ ਹੀ ਰੱਖੇ, ਨਵੇਂ ਸੌ ਗੌਰਾ ਹੋਏ। ਸਤਿ ਸ਼੍ਰੀ ਅਕਾਲ ਬਾਬੇ। ਬੇਸ਼ੱਕ ਗੁਲਾਮ ਜੁਗਨੀ ਨੇ ਸਾਫ਼ ਕਰ ਦਿੱਤਾ ਕਿ ਇਹ ਵੀਡੀਓ ਪੁਰਾਣੀ ਹੈ, ਪਰ ਇਸ ਵੀਡੀਓ ਨੂੰ ਹੁਣ ਵਾਇਰਲ ਕਰਨ ਪਿੱਛੇ ਗੁਲਾਮ ਜੁਗਨੀ ਦਾ ਅਕਸ ਖਰਾਬ ਕਰਨ ਦੀ ਸਾਜ਼ਿਸ਼ ਨੂੰ ਮੰਨਿਆ ਜਾ ਰਿਹਾ ਹੈ। ਬਿਊਰੋ ਰਿਪੋਰਟ।